30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ SDM ਪਾਤੜਾ ਡਾਕਟਰ ਪਾਲਿਕਾ ਅਰੋੜਾ ਨੇ RO ਅਤੇ ARO ਨਾਲ ਮੀਟਿੰਗ ਕਰਕੇ ਚੋਣ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਨੇਪਰੇ ਚਾੜਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਉਹਨਾਂ ਦੱਸਿਆ ਕਿ ਪੰਚਾਇਤੀ ਚੋਣਾਂ ਲਈ 105 ਪਿੰਡਾਂ ਦੇ ਇਸ ਚੋਣ ਨੂੰ ਕਰਵਾਉਣ ਲਈ 137 ਪੋਲਿੰਗ ਬੂਥ ਬਣਾਏ ਜਾ ਰਹੇ ਨੇ, ਜਿਨ੍ਹਾਂ ਦੇ ਲਈ 11 RO ਅਤੇ 11 ARO ਤਾਇਨਾਤ ਕੀਤੇ ਜਾਣਗੇ, ਜੋ ਚੋਣ ਪ੍ਰਕਿਰਿਆ ਨੂੰ ਚਲਾਉਣ ਦਾ ਕੰਮ ਕਰਨਗੇ। ਉਹਨਾਂ ਦੱਸਿਆ ਕਿ ਨਾਮਜ਼ਦਗੀ ਕਾਗਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਦਾਖਲ ਕੀਤੇ ਜਾਣਗੇ। ਨਾਮਜ਼ਦਗੀ ਪੇਪਰ ਭਰਨ ਦੀ ਮਿਤੀ 15 ਦਸੰਬਰ ਤੋਂ 19 ਦਸੰਬਰ ਤੱਕ ਅਤੇ 20 ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ ਕੀਤੀ ਜਾਏਗੀ। 21 ਦਸੰਬਰ ਨੂੰ ਕਾਗਜ਼ਾਂ ਦੀ ਵਾਪਸੀ ਹੋਏਗੀ। 30 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਹੀ ਨਤੀਜੇ ਐਲਾਨੇ ਜਾਣਗੇ। ਪੰਚਾਇਤੀ ਚੋਣਾਂ ਦੇ ਸੰਬੰਧ ਵਿੱਚ ਅੱਜ ਸਾਰੇ ਜਿਹੜੇ ROs ਲੱਗੇ ਨੇ ਤੇ AROs ਲੱਗੇ ਨੇ, ਉਹਨਾਂ ਦੀ ਇੱਕ ਮੀਟਿੰਗ ਰੱਖੀ ਹੋਈ ਹੈ ਤਾਂ ਕਿ ਉਹਨਾਂ ਨੂੰ ਇੱਕ ਬਰੀਫ ਕੀਤਾ ਜਾ ਸਕੇ ਸਾਰੇ ਪ੍ਰੋਸੀਜਰ ਦੇ ਬਾਰੇ। ਇਸ ਦੇ ਨਾਲ ਨਾਲ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ ਕਿ ਕਿਸ ਤਰੀਕੇ ਨਾਲ ਕੰਮ ਕਰਨਾ ਹੈ, ਕਿੱਥੇ ਨੋਮੀਨੇਸ਼ਨ ਲੈਣੇ ਨੇ, ਕਿੱਥੇ ਉਹਨਾਂ ਦੀ ਸਕਰੂਟਨੀ ਹੋਏਗੀ। ਸੋ ਇਹ ਸਾਰੇ ਪ੍ਰਬੰਧਾਂ ਦੇ ਸੰਬੰਧ ਵਿੱਚ ਅੱਜ ਮੀਟਿੰਗ ਰੱਖੀ ਹੋਈ ਹੈ। ਕਿੰਨੇ ਪਿੰਡਾਂ ਦੇ ਇਲੈਕਸ਼ਨ ਅਤੇ ਕਿੰਨੇ ਬੂਥ ਵਗੈਰਾ ਕੁਝ ਹੈਗੇ ਇਸ ਲਿਸਟ ਆਈ ਹੈ ਇਸ ਟਾਈਮ ਕੋਈ ਨੰਬਰ? ਹਾਂਜੀ, ਸਾਡੇ ਕੋਲ ਟੋਟਲ 137 ਬੂਥ ਨੇ। ਟੋਟਲ 137 ਬੂਥ ਨੇ ਸਾਡੇ ਕੋਲ ਤੇ 11 RO ਤੇ 11 ਹੀ ARO ਜਿਹੜੇ ਨੇ ਉਹ ਲੱਗੇ ਹੋਏ ਨੇ। 105 ਪੰਚਾਇਤਾਂ ਦੀਆਂ ਇਲੈਕਸ਼ਨ ਜਿਹੜੇ ਨੇ ਉਹ ਹੋਣਗੇ। ਕਿੰਨੇ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਤੇ ਨਾਲੇ? ਅਜੇ ਤਾਂ ਸਾਰੀ ਡਿਊਟੀਆਂ ਲੱਗਣੀਆਂ ਨੇ, ਫਿਲਹਾਲ ਤਾਂ ROs ਤੇ AROs ਲੱਗੇ ਨੇ, ਉਹਦੇ ਨਾਲ ਨਾਲ ਸਾਰਾ ਜਿਹੜਾ ਫਰਦਰ ਜਿਹੜੀ ਟੀਮ ਹੈ ਉਹ ਲਗਾਈ ਜਾਏਗੀ। ਨੋਮੀਨੇਸ਼ਨ ਤੇ ਸਕਰੂਟਨੀ ਵਗੈਰਾ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਪਾਤੜਾਂ ਵਿਖੇ ਹੋਏਗੀ। ਸਟਰੋਂਗ ਰੂਮ ਜਿਹੜਾ ਉਹ ਅਸੀਂ ਨਿਆਲ ਕਾਲਜ ਵਿੱਚ ਬਣਾਇਆ ਤੇ ਸਾਡਾ ਜਿਹੜਾ ਰਿਜ਼ਲਟ ਕੰਪਾਈਲੇਸ਼ਨ ਦਾ ਕੰਮ ਹੈ ਉਹ ਨਿਆਲ ਕਾਲਜ ਵਿੱਚ ਹੋਏਗਾ। ਬਾਕੀ ਇਹਨਾਂ ਦੀ ਨੋਮੀਨੇਸ਼ਨ ਪੇਪਰ ਲੈਣੇ, ਸਕਰੂਟਨੀ, ਇਹ ਸਾਰਾ ਕੰਮ ਜਿਹੜਾ ਗਵਰਨਮੈਂਟ ਗਰਲਸ ਸੀਨੀਅਰ ਡੇਟ ਵਗੈਰਾ ਆਈ ਹੈ ਨੋਮੀਨੇਸ਼ਨ ਜਾਂ ਵਾਪਸੀ ਦੀ? ਹਾਂਜੀ ਹਾਂਜੀ, ਨੋਮੀਨੇਸ਼ਨ ਜੀ 15 ਤੋਂ ਲੈ ਕੇ 19 ਤਰੀਕ ਤੱਕ ਹੈ। ਉਸ ਤੋਂ ਬਾਅਦ ਸਕਰੂਟਨੀ 20 ਦਸੰਬਰ ਨੂੰ ਹੋਏਗੀ, ਵਿਦਡਰੋਲ ਦੀ ਤਰੀਕ 21 ਦਸੰਬਰ ਹੈ ਤੇ ਪੋਲ 30 ਦਸੰਬਰ ਨੂੰ ਜਿਹੜੀਆਂ ਵੋਟਾਂ ਪੈਣਗੀਆਂ ਤੇ ਰਿਜ਼ਲਟ ਵਗੈਰਾ ਜੋ ਫਿਰ ਨੂੰ ਰਿਜ਼ਲਟ ਸੇਮ ਡੇ ਕੰਪਾਈਲ ਹੋ ਜਾਏਗਾ, 30 ਨੂੰ ਕੰਮ ਕੰਪਲੀਟ ਹੋ ਜਾਏਗਾ। ਪਾਤੜਾਂ ਤੋਂ ਸਤਪਾਲ ਗਰਗ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।